खन्ना पुलिस ने बाहरी सूबियां तो पंजाब च नाजायज हथियार सप्लाई करने वाले एक गिरोह दा पर्दाफाश कीता। दो वख-वख मामलों दे विच पांच मुलजमां नूं नाजायज असले समेत गिरफ्तार किया गया। लड़ीवार पए हथियार ओही असला है ते तस्वीरां च नजर आ रहे नौजवान पंजों मुलजम ने जो पुलिस ने गिरफ्तार किए ने। इन्हां दे कब्जे चो 8 पिस्तौल, 10 मैगजीन ते 4 कारतूस बरामद होए ने। इन्हां दे दो साथी हले फरार दसे जा रहे ने, जिन्हां दी भाल दे विच रेड्स हो रहीआं ने। ते दो FIRs रजिस्टर हुई हैं, जिहदे विच टोटल 5 अक्यूज्ड अरेस्ट होए ने ते 8 जिहड़े हैंगे पिस्टल्स उन्हां दी रिकवरी हुई है। ਇਹਦੇ ਵਿੱਚ ਇਹਨਾਂ ਦੀ ਡਿਟੇਲਸ ਮੈਂ ਦੱਸਣਾ ਚਾਹਾਂਗੀ ਕਿ FIR ਨੰਬਰ 208-1-12-23 ਨੂੰ ਰਜਿਸਟਰ ਹੋਇਆ ਅੰਡਰ 2554-59 ਆਰਮਸ ਐਕਟ ਐਟ PS City 1। ਇਹਦੇ ਵਿੱਚ ਜਿਹੜਾ ਹੈਗਾ ਜਿਹੜਾ ਨਾਕਾ ਲੱਗਿਆ ਹੋਇਆ ਸੀ ਐਟ ਫੋਕਲ ਪੁਆਇੰਟ, ਔਰ ਜਦੋਂ ਚੈਕਿੰਗ ਕੀਤੀ ਗਈ ਤਾਂ ਸਸਪੀਸ਼ੀਅਸ ਦੋ ਪਰਸਨਸ ਉਹਨਾਂ ਨੂੰ ਰੋਕਿਆ ਗਿਆ, ਜਿਨ੍ਹਾਂ ਨੇ ਆਪਣਾ ਨਾਮ ਗੁਰਮੇਲ ਸਿੰਘ ਅਤੇ ਮਨਦੀਪ ਸਿੰਘ, ਬੋਥ ਰੈਜ਼ੀਡੈਂਟਸ ਆਫ ਤਰਨ ਤਾਰਨ, ਉਹਨਾਂ ਨੇ ਆਪਣਾ ਦੱਸਿਆ। ਜਦੋਂ ਪੁਲਿਸ ਪਾਰਟੀ ਨੇ ਉਹਨਾਂ ਦੀ ਇੱਕ ਪ੍ਰੋਪਰ ਚੈਕਿੰਗ ਕੀਤੀ ਤਾਂ ਉਹਨਾਂ ਦੇ ਬੈਕਪੈਕਸ 'ਚੋਂ ਜਿਹੜੇ ਹੈਗੇ ਨਜਾਇਜ਼ ਹਥਿਆਰ ਰਿਕਵਰ ਹੋਏ, ਜਿਹਦੇ ਵਿੱਚ 4 ਪਿਸਟਲਸ ਐਂਡ 4 ਮੈਗਜ਼ੀਨਸ ਰਿਕਵਰ ਹੋਈ। ਸਿਮਿਲਰਲੀ ਦ ਨੈਕਸਟ ਡੇ 2-12-23 ਨੂੰ ਥਾਣਾ ਸਦਰ ਦੀ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਐਟ ਟੀ ਪੁਆਇੰਟ ਮਹਿੰਦੀਪੁਰ, ਤਾਂ ਉੱਥੇ ਇੱਕ ਵਰਨਾ ਗੱਡੀ ਨੂੰ ਜਦੋਂ ਚੈੱਕ ਕਰਨ ਵਾਸਤੇ ਰੋਕਿਆ ਗਿਆ ਤਾਂ ਉਹਦੇ ਵਿੱਚ 3 ਬੰਦੇ ਐਪਰੀਹੈਂਡ ਹੋਏ, ਜਿਨ੍ਹਾਂ ਦੇ ਨਾਮ ਹੈਗੇ ਸਤਨਾਮ ਸਿੰਘ, ਏਲੀਆ ਸੱਤਾ, ਹਰਦੀਪ ਸਿੰਘ ਔਰ ਲਵਪ੍ਰੀਤ ਸਿੰਘ। ਜਦੋਂ ਉਹਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਉਹਨਾਂ ਕੋਲੋਂ ਵੀ 3 ਵੈਪਨਸ ਜਿਹੜੇ ਹੈਗੇ ਉਹ ਰਿਕਵਰ ਹੋਏ, ਅਤੇ ਸਾਨੂੰ ਇਹ ਵੀ ਪਤਾ ਚੱਲਿਆ ਕਿ ਇਹਨਾਂ ਨੂੰ 2 ਬੰਦੇ ਹੋਰ ਅਕੰਪਨੀ ਕਰਦੇ ਪਏ, ਜਿਨ੍ਹਾਂ ਦੇ ਨਾਂ ਸੀ ਗੁਰਪ੍ਰੀਤ ਸਿੰਘ ਅਤੇ ਪ੍ਰਿਥਵੀ ਸਿੰਘ। ਦੇ ਹੈਡ ਮੈਨੇਜ ਟੂ ਫਲੀ ਫਰੋਮ ਦੇਅਰ, ਸੋ ਉਹਨਾਂ ਦੀ ਭਾਲ ਆਪਾਂ ਜਾਰੀ ਕੀਤੀ ਹੋਈ ਹੈ। ਇਸੀ ਕੇਸ ਦੇ ਇੱਕ ਬੈਕਵਰਡ ਲਿੰਕੇਜ ਔਰ ਸਸਟੇਨਡ ਜਿਹੜੀ ਹੈਗੀ ਇੱਕ ਇਨਵੈਸਟੀਗੇਸ਼ਨ ਤੋਂ ਬਾਅਦ ਸਾਨੂੰ ਇੱਕ ਵੈਪਨ ਦੀ ਹੋਰ ਰਿਕਵਰੀ ਹੋਈ ਅੱਜ, ਔਰ ਉਹ ਵੀ 32 ਨਜਾਇਜ਼ ਪਿਸਟਲ ਹੈ। ਸੋ ਅਗਰ ਟੋਟਲ ਦੇਖਿਆ ਜਾਏ ਤਾਂ ਇਨ ਦੋਨੋਂ ਕੇਸਿਸ ਨੂੰ ਮਿਲਾ ਕੇ ਸਾਨੂੰ 8 ਪਿਸਟਲ, 32, 10 ਮੈਗਜ਼ੀਨਸ ਔਰ 4 ਰਾਊਂਡ 32 ਇਹਨਾਂ ਦੀ ਰਿਕਵਰੀ ਹੋਈ ਹੈ। ਸੋ ਖੰਨਾ ਪੁਲਿਸ ਨੇ ਪਿਛਲੇ ਪੂਰੇ ਇੱਕ ਸਾਲ ਮੇਂ ਇੱਕ ਬਹੁਤ ਹੀ ਸਸਟੇਨਡ ਇੱਕ ਡਰਾਈਵ ਜਿਹੜੀ ਹੈਗੀ ਉਹ ਚਲਾਈ ਹੋਈ ਹੈ, ਔਰ ਉਹਦੇ ਵਿੱਚ ਹਲੇ ਤੱਕ ਆਪਾਂ ਟੋਟਲ ਇਸ ਈਅਰ 'ਚ 123 ਅਸਲੇ, 257 ਕਾਰਤੂਸ ਔਰ 81 ਮੈਗਜ਼ੀਨਸ ਰਿਕਵਰ ਕਰ ਚੁੱਕੇ ਹਾਂ। ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜੇ ਕ੍ਰਾਈਮਸ ਹੋ ਸਕਦੇ ਸੀ ਉਹਨਾਂ ਨੂੰ ਵੀ ਵੀ ਹੈਵ ਬੀਨ ਏਬਲ ਟੂ ਪ੍ਰੀਵੈਂਟ ਸਕਸੈਸਫੁਲ।